ਪੰਜਾਬ ਭਾਜਪਾ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਨੇ ਸੀਐਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਨਿੰਦਾ ਕੀਤੀ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੋਬਾਈਲ ਦੇਣ ਵਿੱਚ ਹੋ ਰਹੀ ਦੇਰੀ ਦਾ ਕਾਰਨ ਕੋਰੋਨਾ ਵਾਇਰਸ ਦੱਸਿਆ। ਉਹਨਾਂ ਕਿਹਾ ਕਿ ਕੈਪਟਨ ਬਹਾਨੇਬਾਜ਼ੀ ਛੱਡ ਕੇ ਪੰਜਾਬ ਦੇ ਨੌਜਵਾਨਾਂ ਲਈ ਕੰਮ ਕਰਨ ਤਾਂ ਚੰਗਾ ਰਹੇਗਾ। ਉਹਨਾਂ ਨੇ ਅਮਰਿੰਦਰ ਸਿੰਘ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਜਲਦੀ ਲੇਨ ਕਰਨ ਲਈ ਕਿਹਾ ਤਾਂ ਕਿ ਬੱਚਿਆਂ ਨੂੰ ਜੋ ਰੋਲ ਨੰਬਰ ਲੈਣ ਵਿੱਚ ਦਿੱਕਤ ਆ ਰਹੀ ਹੈ ਉਹ ਦੂਰ ਹੋ ਸਕੇ। ਉਹਨਾਂ ਕਿਹਾ ਕਿ ਇਸ ਪੈਸੇ ਨੂੰ ਰਿਲੀਜ਼ ਕਰਨ ਲਈ ਕੋਈ ਕੋਰੋਨਾ ਵਾਇਰਸ ਦਾ ਬਹਾਨਾ ਨਹੀਂ ਹੈ। ਵਰਲਡ ਪੰਜਾਬੀ ਨਿਊਜ਼ ਦੇ ਪੱਤਰਕਾਰ ਗੁਨੀਤ ਸਿੰਘ ਦੀ ਫਗਵਾੜਾ ਤੋਂ ਰਿਪੋਰਟ। ਜਿਵੇਂ ਕਿ ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਨੌਜਵਾਨਾਂ ਨੂੰ ਮੋਬਾਈਲ ਸਾਡੇ ਲੇਟ ਮਿਲਣਿਆ, ਇਹ ਅਕਸਰ ਪਹਿਲਾਂ ਵੀ ਪੰਜਾਬ ਮੁੱਖ ਮੰਤਰੀ ਨੇ ਬਹੁਤ ਸਾਰੇ ਝੂਠ ਬੋਲੇ। ਕੈਪਟਨ ਸਾਹਿਬ ਜਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਬਣੇ ਆ ਉਦੋਂ ਦਾ ਝੂਠ ਤੇ ਝੂਠ ਕੋਈ ਨਾ ਕੋਈ ਬੋਲਦੇ ਆ, ਪਰ ਇਹ ਇਹੋ ਜਿਹਾ ਝੂਠਾ ਵੀ ਜਿੱਥੇ ਲੋਕ ਹੱਸ ਰਹੇ ਆ, ਮਜ਼ਾਕ ਉਡਾ ਰਹੇ ਆ, ਪਰ ਇਹਦੇ ਨਾਲ ਮੈਂ ਇੱਕ ਹੋਰ ਜਿਹੜੀ ਸੱਚਾਈ ਆ ਜ਼ਮੀਨ 'ਤੇ, ਮੈਂ ਕਮਿਸ਼ਨ 'ਚ ਐਸੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਵੀ ਸੀ, ਉਸ ਟਾਈਮ 'ਤੇ ਵੀ ਅਸੀਂ ਦੇਖਦੇ ਸੀ ਕਿ ਬੱਚਿਆਂ ਦਾ ਜਿਹੜਾ ਸਕੋਲਰਸ਼ਿਪ ਉਹ ਟਾਈਮ ਨਾਲ ਮਿਲ ਜਾਵੇ ਉਹਦੇ ਲਈ ਸੰਘਰਸ਼ ਕਰਦੇ ਸੀ, ਸਰਕਾਰ ਨੂੰ ਕਹਿੰਦੇ ਸੀ, ਬੁਲਾ ਕੇ ਡਿਪਾਰਟਮੈਂਟਾਂ ਨਾਲ ਗੱਲ ਕਰਦੇ, ਪਰ ਹੁਣ ਕਈ ਸਾਲਾਂ ਦਾ ਜਿਹੜਾ ਸਕੋਲਰਸ਼ਿਪ ਉਹ ਮਿਲ ਨਹੀਂ ਰਿਹਾ। ਉਹਦੇ ਕਾਰਨ ਬੱਚਿਆਂ ਨੂੰ ਬਹੁਤ ਵੱਡੀ ਦਿੱਕਤ ਆ ਰਹੀ, ਖਾਸ ਕਰਕੇ ਸ਼ਡਿਊਲ ਕਾਸਟ ਵਰਗ ਜਿਹੜਾ ਪੋਸਟ ਮੈਟ੍ਰਿਕ ਸਕੋਲਰਸ਼ਿਪ ਸਕੀਮ 'ਚ ਫਸਿਆ, ਉਹ ਜੇ ਬੱਚਿਆਂ ਨੂੰ ਪੜ੍ਹਾਈ ਦੇ ਪੇਪਰ ਹੀ ਨਾ ਪਏ ਉਹਨਾਂ ਨੇ ਮੋਬਾਈਲ ਕੀ ਕਰਨਾ। ਮੈਂ ਇਹ ਸਰਕਾਰ ਨੂੰ ਚਾਹੁੰਦਾ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਪੈਸਾ ਜਿਹਦੀ ਗੱਲ ਤੁਸੀਂ ਮੋਬਾਈਲ 'ਤੇ ਕਰ ਰਹੇ ਉਹ ਕਿਉਂ ਨਾ ਫੀਸਾਂ 'ਤੇ ਖਰਚੋ। ਜੇ ਬੱਚਾ ਪੜ੍ਹ ਲਿਖ ਗਿਆ ਤਾਂ ਉਹ ਆਪਣੇ ਆਪ ਮੋਬਾਈਲ ਲੈ ਲੂਗਾ, ਪਰ ਸਰਕਾਰ ਝੂਠ ਦੇ ਕਾਰਨ, ਆਪਣੇ ਝੂਠੇ ਲਾਰਿਆਂ ਦੇ ਕਾਰਨ, ਆਪਣੀ ਮਜ਼ਾਕ ਉਡਾਉਣ ਤੋਂ ਬਚਣ ਦੇ ਕਾਰਨ ਆਪਣਾ ਮਜ਼ਾਕ ਆਪਣੇ ਆਪ ਬਣਾ ਰਹੀ ਆ। ਮੈਂ ਇਹੀ ਸਰਕਾਰ ਨੂੰ ਅਪੀਲ ਕਰਦਾ ਕਿ ਤੁਸੀਂ ਬੱਚਿਆਂ ਦੇ ਤੁਰੰਤ ਪੈਸੇ ਦਿਓ, ਕਿਉਂਕਿ ਪੰਜਾਬ 'ਚ ਸ਼ਡਿਊਲ ਕਾਸਟ ਬੱਚਾ ਜਿੰਨਾ ਵੀ ਅਸੀਂ ਪੰਜਾਬ 'ਚ, ਉਹਨੂੰ ਕਿਸੇ ਦਾ ਫਾਈਨਲ ਈਅਰ ਰਹਿੰਦਾ, ਕਿਸੇ ਦਾ ਫਸਟ ਈਅਰ ਆ, ਉਹ ਬੜਾ ਡਿਪਰੈਸ਼ਨ 'ਚ ਆ ਕਿਉਂਕਿ ਰੋਲ ਨੰਬਰ ਨਹੀਂ ਮਿਲ ਰਹੇ, ਉੱਪਰੋਂ ਪੇਪਰ ਸਿਰ 'ਤੇ ਆਏ ਪਏ ਆ, ਉਹ ਨਾ ਪੜ੍ਹਾਈ ਕਰ ਰਿਹਾ, ਅਕਸਰ ਕਦੀ DC ਦਫ਼ਤਰ ਚੱਕਰ ਮਾਰ ਰਿਹਾ, ਕਦੀ SDM ਦਫ਼ਤਰ ਚੱਕਰ ਮਾਰ ਰਿਹਾ, ਕਦੀ ਜ਼ਿਲ੍ਹਾ ਭਲਾਈ ਦਫ਼ਤਰ ਜਾ ਰਿਹਾ, ਉਹਨਾਂ ਨੂੰ ਸਮਝ ਨਹੀਂ ਪੈ ਰਹੀ ਕਿੱਥੇ ਜਾਣਾ। ਸਰਕਾਰ ਸਿਆਣੀ ਹੋਵੇ, ਉਹ ਕੋਰੋਨਾ ਵਾਇਰਸ 'ਚੋਂ ਬਾਹਰ ਨਿਕਲੇ, ਸਮਾਂ ਕਿ ਇਹਨਾਂ 'ਚ ਵਾਇਰਸ ਆ ਗਿਆ ਝੂਠ ਬੋਲਣ ਦਾ, ਇਹ ਲਗਾਤਾਰ ਵਾਇਰਸ ਉਹ ਫੈਲਦਾ ਜਾ ਰਿਹਾ। ਕੈਪਟਨ ਸਾਹਿਬ ਝੂਠ 'ਤੇ ਝੂਠ ਬੋਲਣ ਦਾ ਵਾਇਰਸ ਵੱਧ ਰਿਹਾ, ਇਹ ਸਰਕਾਰ ਨੂੰ ਵਾਇਰਸ 'ਚੋਂ ਬਾਹਰ ਆ ਕੇ ਆਪਣਾ ਇਲਾਜ ਕਰਕੇ ਬੱਚਿਆਂ ਦਾ ਭਲਾ ਕਰਨ, ਸਟੂਡੈਂਟ ਦਾ ਭਲਾ ਕਰਨ, ਨੌਜਵਾਨਾਂ ਨੂੰ ਪੜ੍ਹਾਈ 'ਤੇ ਦੇਣ, ਚੰਗੀ ਸਿੱਖਿਆ ਦਿਵਾਉਣ ਵਿੱਚ ਯੋਗਦਾਨ ਪਾਉਣ, ਤਾਂ ਕਿ ਪੰਜਾਬ ਦੇ ਨੌਜਵਾਨ ਪੜ੍ਹ ਲਿਖ ਕੇ ਤਰੱਕੀ ਕਰਨ, ਆਪਣਾ ਮੋਬਾਈਲ ਆਪ ਹੀ ਖਰੀਦਣ। ਪਰ ਇਹ ਅਕਸਰ ਝੂਠ ਬੋਲੀ ਜਾਂਦੇ ਆ। ਮੈਂ ਇਸ ਜਿਹੜਾ ਇਹਨਾਂ ਦਾ ਬਿਆਨ ਆ ਉਹਦੀ ਨਿੰਦਾ ਕਰਦਾ, ਐਜ਼ ਏ ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ ਵੀ ਇਹੋ ਜਿਹੇ ਮਜ਼ਾਕ ਨੌਜਵਾਨਾਂ ਦਾ ਕਰਨਾ, ਮੈਨੂੰ ਲੱਗਦਾ ਅੱਜ ਤੱਕ ਕਦੀ ਵੀ ਕਿਸੇ ਮੁੱਖ ਮੰਤਰੀ ਨੇ ਇਹੋ ਜਿਹਾ ਬਿਆਨ ਦੇ ਕੇ ਆਪਣਾ ਮਜ਼ਾਕ ਨਹੀਂ ਉਡਾਇਆ ਹੋਊਗਾ। ਅਤੇ ਮੈਂ ਕੈਪਟਨ ਸਾਹਿਬ ਨੂੰ ਕਹਿੰਦਾ ਇੱਦਾਂ ਦਾ ਮਜ਼ਾਕ ਨਾ ਬਣਾਓ, ਇੱਕ CM ਦੀ ਕੁਰਸੀ ਦਾ ਬਹੁਤ ਵੱਡਾ ਸਟੇਟਸ ਆ, ਆਪਾਂ ਉਹ ਸਟੇਟਸ ਬਾਹਰ ਰੱਖੀਏ। ਸਮਾਂ ਕਿ ਬੱਚਿਆਂ ਨੂੰ ਪੋਲੀਟੀਸ਼ਨਾਂ 'ਤੇ ਝੂਠ ਬੋਲਣ ਦਾ ਟੈਗ ਨਾ ਲੱਗੇ, ਮਜ਼ਾਕ ਨਾ ਸਮਝੇ ਜਿਹੜੇ ਪੋਲੀਟੀਸ਼ਨ ਸਾਰੇ ਝੂਠੇ ਆ। ਇਸ ਲਈ ਸਾਨੂੰ ਕੁਛ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ, ਚੰਗੇ ਬਣਨਾ ਚਾਹੀਦਾ, ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਲੋੜ ਆ। ਸਰਕਾਰ ਨੂੰ ਮੈਂ ਇਹ ਵੀ ਬੇਨਤੀ ਕਰਦਾ ਕਿ ਉਹ ਸਾਰੇ ਕਾਲਜਾਂ ਨੂੰ ਸੱਦ ਕੇ, ਕਿਉਂਕਿ ਸਰਕਾਰ ਦਾ ਪੈਸਾ ਮਰਨਾ ਨਹੀਂ, ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨਾਲ ਗੱਲ ਕਰੇ, ਡਾਇਲੋਗ ਕਰੇ, ਪੈਸਾ ਚਾਹੇ ਬਾਅਦ 'ਚ ਮਿਲ ਜਾਵੇ, ਪਰ ਕੋਈ ਵੀ ਬੱਚਾ ਪੇਪਰਾਂ ਤੋਂ ਵਾਂਝਾ ਨਾ ਰਹੇ, ਉਹਨੂੰ ਰੋਲ ਨੰਬਰ ਤੁਰੰਤ ਜਾਰੀ ਕਰਾਵੇ। ਜੇ ਪੇਪਰ ਨਾ ਦੇ ਸਕਿਆ ਤਾਂ ਉਹਦੀ ਜ਼ਿੰਦਗੀ ਖਰਾਬ ਹੋਣੀ ਆ। ਇਸ ਵਾਸਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਇਸ 'ਤੇ ਪਹਿਲ ਕਰਨ, ਨਾ ਕਿ ਝੂਠ ਬੋਲਣ 'ਤੇ। ਧੰਨਵਾਦ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।